ਪਿਛਲੇ ਦਿਨੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ। ਬਿਆਨ ਇਹ ਕਿ ਹੁਣ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਪੰਜਾਬ ਦੇ ਸਿਰਮੌਰ ਖਿਡਾਰੀਆਂ ਬਾਰੇ ਕਿਤਾਬਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤੇ ਸਕੂਲਾਂ ਦੇ ਵਿੱਚ ਵੀ ਇਹਨਾਂ ਖਿਡਾਰੀਆਂ ਬਾਰੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ। ਪੰਜਾਬ ਦੇ ਉਹ ਖਿਡਾਰੀ ਜਿਨ੍ਹਾਂ ਦੀ ਜਾਣਕਾਰੀ 9ਵੀਂ ਤੇ 10ਵੀਂ ਜਮਾਤ ਦੀਆਂ ਕਿਤਾਬਾਂ ਦੇ ਵਿੱਚ ਦਿੱਤੀ ਜਾਵੇਗੀ, ਉਹਨਾਂ ਦੇ ਵਿੱਚ ਵਿਜੇਤਾ ਬਾਕਸਰ ਕੌਰ ਸਿੰਘ, ਦੜਾਕ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਰੰਧਾਵਾ ਦੇ ਨਾਮ ਸ਼ਾਮਲ ਨੇ। ਇਹਨਾਂ ਖਿਡਾਰੀਆਂ ਦੀ ਜੀਵਨੀ ਬਾਰੇ ਪੜ੍ਹ ਕੇ ਜਿੱਥੇ ਬੱਚਿਆਂ ਦਾ ਹੌਸਲਾ ਵਧੇਗਾ, ਉੱਥੇ ਹੀ ਖੇਡਾਂ ਵੱਲ ਵੀ ਰੁਝਾਨ ਵਧੇਗਾ। ਪੰਜਾਬ ਸਰਕਾਰ ਦੇ ਇਸ ਅਹਿਮ ਫੈਸਲੇ ਬਾਰੇ ਸਾਡੀ ਟੀਮ ਵੱਲੋਂ ਬਾਕਸਰ ਕੌਰ ਸਿੰਘ ਅਤੇ ਉਹਨਾਂ ਦੀ ਪਤਨੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਬਾਪੂ ਜੀ, ਤੁਹਾਡੇ ਬਾਰੇ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਤੁਹਾਡੀ ਸਾਰੀ ਜਿਹੜੀ ਜੀਵਨੀ ਆ ਉਹ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਊਗੀ, ਕਿਵੇਂ ਲੱਗਿਆ ਤੁਹਾਨੂੰ ਫੈਸਲਾ? ਵਧੀਆ ਲੱਗੇ। ਕੀ ਕਹਿਣਾ ਚਾਹੁੰਦੇ ਹੋ? ਭਾਵੇਂ ਅਸੀਂ ਕਹਿੰਦੇ ਪੜ੍ਹਨ ਲਿਖਣ ਗੇਮਾਂ ਦੇ ਨਸ਼ਿਆਂ ਦੇ ਬਚਣ। ਹੁਣ ਜਿਵੇਂ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬੱਚੇ ਪੁੱਠੇ ਸਿੱਧੇ ਰਾਹਾਂ 'ਚ ਜਾਂਦੇ ਨੇ, ਤੁਹਾਡੇ ਬਾਰੇ ਪੜ੍ਹਨਗੇ, ਮਿਲਖਾ ਸਿੰਘ ਬਾਰੇ ਪੜ੍ਹਨਗੇ, ਕਿਸ ਤਰੀਕੇ ਨਾਲ ਤੁਸੀਂ ਹਰ ਇੱਕ ਔਕੜਾਂ 'ਚੋਂ ਨਿਕਲ ਕੇ ਖੇਡਾਂ 'ਚ ਮੱਲਾਂ ਮਾਰੀਆਂ ਨੇ? ਦੇਖ ਕੇ ਪੜ੍ਹ ਕੇ ਕੁਛ ਨਾ ਕੁਛ ਤਾਂ ਸਿੱਖਣਗੇ, ਚੰਗਾ ਉਹ ਕਰਨਗੇ। ਵਧੀਆ ਲੱਗਿਆ ਤੁਹਾਨੂੰ? ਵਧੀਆ। ਹੋਰ ਸਿੰਘ ਜੀ, ਤੁਹਾਡੇ ਜੀਵਨ ਬਾਰੇ ਗੱਲ ਕਰੀਏ, ਤੁਹਾਡੇ ਖੇਡਾਂ ਦੀ ਸ਼ੁਰੂਆਤ ਬਾਰੇ ਗੱਲ ਕਰੀਏ, ਕੀ ਕਹਿਣਾ ਚਾਹੋਗੇ? ਵਧੀਆ ਜੀ। ਕਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕੀਤੀ? ਗੱਲ ਕਰੀਏ ਬਾਕਸਿੰਗ ਦੇ ਵਿੱਚ ਕਿਵੇਂ ਸ਼ੁਰੂਆਤ ਕੀਤੀ? ਬਾਕਸਿੰਗ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਐੱਸ ਚੌਲ ਬਲਜੀਤ ਹੁੰਦਾ ਸੀ, ਉਹਨੇ ਮੈਨੂੰ ਹੌਲੀ 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 ਹੌਲੀ, ਟਾਈਮ ਤਾਂ ਲੱਗਦੀ ਹੈ, ਮਤਲਬ ਇੱਕਦਮ ਤਾਂ ਨਹੀਂ ਆਉਂਦਾ, ਤਾਂ ਵੀ ਮੈਨੂੰ 5 ਸਾਲ ਲੱਗੇ ਉੱਪਰ ਹਾਈ ਲੈਵਲ ਤੱਕ ਆਉਣ ਨੂੰ 5 ਸਾਲ ਲੱਗੇ। ਕਿਹੜੇ ਕਿਹੜੇ ਦੇਸ਼ਾਂ 'ਚ ਜਾ ਕੇ ਤੁਸੀਂ ਬਾਕਸਿੰਗ ਦੇ ਵਿੱਚ? ਮੈਂ ਕੋਰੀਆ ਵੀ ਗਿਆ, ਆਸਟ੍ਰੇਲੀਆ ਗਿਆ, ਜਪਾਨ ਗਿਆ, ਰਸ਼ੀਆ ਗਿਆ, ਕਈ ਮੁਲਕਾਂ 'ਚ। ਉਸ ਤੋਂ ਗੱਲ ਕਰੀਏ ਤਾਂ ਤੁਸੀਂ ਦੇਸ਼ ਦੇ ਲਈ ਇੰਨਾ ਕੁਛ ਕੀਤਾ, ਸਰਕਾਰਾਂ ਨੇ ਤੁਹਾਡੇ ਲਈ ਕੀ ਕੀਤਾ, ਤੁਹਾਨੂੰ ਕਿੰਨੀ ਕੁ ਸਰਕਾਰ ਵੱਲੋਂ ਮਦਦ ਮਿਲੀ ਹੈ? ਪੰਜਾਬ ਸਰਕਾਰ ਵੱਲੇ ਮੈਨੂੰ ਕੁਛ ਨਹੀਂ ਮਿਲਿਆ, ਕੋਈ ਮਦਦ ਨਹੀਂ ਮਿਲੀ। ਇਹਦਾ ਜਿਹੜੇ ਮੇਰੇ ਵਾਰਡ ਬਣਦੇ ਤੇ ਉਹ ਵੀ ਨਹੀਂ ਪੰਜਾਬ ਵਾਲੇ ਦੇ ਰਹੇ, ਉਹ ਵੀ ਨਹੀਂ ਦਿੱਤੇ। ਤੁਸੀਂ ਜਿਹੜਾ ਰਣਜੀਤ ਅਵਾਰਡ ਕਹਿ ਰਹੇ ਸੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਵੀ ਕਹਿੰਦੇ ਮੈਨੂੰ ਮਿਲਣਾ ਤੁਸੀਂ ਨਾ। ਹੁਣ ਬੱਚਿਆਂ ਨੂੰ ਤੁਹਾਡੇ ਬਾਰੇ ਪੜ੍ਹਾਇਆ ਜਾਊਗਾ, ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਬਾਰੇ ਜਾਣਕਾਰੀ ਜਾਂ ਖੇਡਾਂ ਬਾਰੇ ਜਾਣਕਾਰੀ ਲੈ ਕੇ ਬੱਚੇ ਕਿਹੜੇ ਕਿਹੜੇ ਮਾੜੇ ਕੰਮਾਂ ਤੋਂ ਬਚਣਗੇ? ਨਸ਼ਿਆਂ ਤੋਂ ਬਚਣਗੇ, ਪ੍ਰੈਕਟਿਸ ਦੇਖ ਕੇ, ਪੜ੍ਹ ਕੇ ਹੀ ਦੇਖ ਕੇ। ਆ ਜਿਹੜੇ ਹੁਣ ਕੋਈ ਬਣਦੇ ਨੇ, ਡਾਕਟਰ ਬਣਦੇ ਨੇ, ਹੋਰ ਬੜੇ ਉਹ ਬਣਦੇ ਨੇ, ਉਹ ਪੜ੍ਹ ਕੇ ਦੇਖ ਕੇ ਬਣਦੇ ਨੇ। ਕਿਵੇਂ ਲੱਗਦੀ ਹੈ ਇਹ ਜਿਹੜੀ ਗੱਲ ਆ ਕਿ ਆਉਣ ਵਾਲੇ ਸਾਰੀ ਉਮਰ ਤੱਕ, ਤੁਹਾਡੀ ਜਿਹੜੀ ਸਾਰੀ ਜ਼ਿੰਦਗੀ ਤੱਕ, ਪੀੜ੍ਹੀਆਂ ਤੱਕ ਤੁਹਾਡਾ ਜਿਹੜਾ ਨਾਮ ਆ ਕਿਤਾਬਾਂ ਦੇ ਵਿੱਚ ਛਪੂਗਾ, ਤੁਹਾਡੀ ਜ਼ਿੰਦਗੀ ਕਿ ਕੌਰ ਸਿੰਘ ਨੇ ਕਿਵੇਂ ਸ਼ੁਰੂਆਤ ਕੀਤੀ, ਕਿਵੇਂ ਮੱਲਾਂ ਮਾਰੀਆਂ, ਉਹ ਆਉਣ ਵਾਲੇ ਸਾਰੀਆਂ ਪੀੜ੍ਹੀਆਂ? ਬਹੁਤ ਮਤਲਬ ਖੁਸ਼ੀ ਦੀ ਗੱਲ ਹੈ ਵੀ ਪੂਰੀ ਜ਼ਿੰਦਗੀ 'ਚ ਵੀ ਮਤਲਬ ਸਾਰੀ ਜ਼ਿੰਦਗੀ ਮੇਰਾ ਨਾਮ ਰਹੇਗਾ। ਖੁਸ਼ ਹਾਂ ਜੀ, ਖੁਸ਼। ਮਤਲਬ ਕੀ ਨਾਮ ਆ ਤੁਹਾਡਾ ਜੀ? ਬਲਜੀਤ ਕੌਰ। ਬਲਜੀਤ ਜੀ, ਕਿਵੇਂ ਦੇਖਦੇ ਹੋ ਤੁਹਾਡੇ ਪਤੀ ਕੌਰ ਸਿੰਘ ਦੇ ਬਾਰੇ ਹੁਣ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਊਗਾ, ਉਹਨਾਂ ਦੀ ਸਾਰੀ ਜੀਵਨੀ ਸਾਰੀ ਜ਼ਿੰਦਗੀ ਕਿਤਾਬਾਂ 'ਚ ਲਿਖੀ ਜਾਊਗੀ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਨੂੰ, ਜਦੋਂ ਸਾਨੂੰ ਆਪਦਾ ਸਾਡਾ ਨਾਮ ਕਮਾਇਆ ਜਾਊਗਾ, ਬੱਚੇ ਪੜ੍ਹਨਗੇ, ਕਿਤਾਬਾਂ 'ਚੋਂ ਨੌਲੇਜ ਸਿੱਖਣਗੇ, ਵਧੀਆ ਖੇਡਾਂ ਵੱਲ ਜਾਣਗੇ, ਪੜ੍ਹ ਕੇ ਕਿਤਾਬ ਨੂੰ, ਨਸ਼ਿਆਂ ਤੋਂ ਬਚਣਗੇ। ਕੌਰ ਸਿੰਘ ਜੀ ਦੀ ਜੀਵਨੀ ਲਿਖੀ ਜਾਊਗੀ, ਸਾਰੀ ਜ਼ਿੰਦਗੀ ਦੀ ਕਹਾਣੀ ਲਿਖੀ ਜਾਊਗੀ ਕਿਤਾਬਾਂ ਦੇ ਵਿੱਚ, ਤੁਸੀਂ ਕੀ ਰੋਲ ਅਦਾ ਕੀਤਾ? ਤੁਸੀਂ ਹਰ ਇੱਕ ਜਗ੍ਹਾ ਨਾਲ ਰਹੇ, ਹਰ ਇੱਕ ਜੀਵਨ ਦੇ ਪੜਾਅ 'ਚ ਨਾਲ ਰਹੇ। ਹਾਂਜੀ, ਅਸੀਂ ਸਾਥ ਦਿੱਤਾ, ਬੜਾ ਸਾਥ ਦਿੱਤਾ। ਮੈਂ ਕਦੇ ਨਹੀਂ ਆਏ ਵੀ ਕਿਹਾ ਵੀ ਤੁਸੀਂ ਨੇ ਇੱਥੇ ਨਹੀਂ ਜਾਣਾ, ਇੱਥੇ ਨਹੀਂ ਜਾਣਾ, ਵੀ ਤੁਸੀਂ ਜਾਣਾ ਜ਼ਰੂਰੀ। ਖੇਡਾਂ ਵੱਲ ਬੜਾ ਧਿਆਨ ਦਿੱਤਾ, ਬੜਾ ਉਹਨੂੰ ਸਾਥ ਦਿੱਤਾ ਇਹਨਾਂ ਨੂੰ। ਹਾਂ, ਹਰੇਕ ਥਾਵੇਂ ਜੀ। ਹਾਂ, ਜਦੋਂ ਜਾਂਦੇ ਸੀ, ਮੈਚ ਚੱਲਦੇ ਸੀ, ਤੁਸੀਂ ਕਿਵੇਂ ਦੇ, ਤੁਹਾਨੂੰ ਕਿਵੇਂ ਪਤਾ ਲੱਗਦਾ? ਬੜਾ ਚਾਅ ਚੜ੍ਹਦਾ, ਖੁਸ਼ੀ ਹੁੰਦੀ ਜੀ ਸਾਨੂੰ ਜਦੋਂ ਦੇਖਦੇ, ਸਾਰੇ ਕੰਮ ਛੱਡ ਕੇ ਮੂਹਰੇ ਬਹਿ ਜਾਂਦੇ ਅਤੇ ਦੇਖਣ ਜੀ ਇਹਨਾਂ ਨੂੰ ਟੀਵੀ ਦੇ। ਪਤਾ ਜੀ, ਹੁਣ ਦੇ ਹਾਲਾਤਾਂ ਦੀ ਗੱਲ ਕਰਦੇ, ਜਿਹੜੀ ਨੌਜਵਾਨੀ ਆ ਉਹ ਪੁੱਠੇ ਰਾਹਾਂ 'ਤੇ ਜਾਂਦੀ ਆ, ਨਸ਼ਿਆਂ 'ਤੇ ਜਾਂਦੀ ਆ, ਤਾਂ ਹੁਣ ਖੇਡਾਂ ਬਾਰੇ ਜਿਹੜੇ ਮਹਾਨ ਖਿਲਾੜੀ ਨੇ ਉਹਨਾਂ ਬਾਰੇ ਦੱਸਿਆ ਜਾਊਗਾ, ਪੜ੍ਹਾਇਆ ਜਾਊਗਾ, ਕਿੰਨਾ ਕੁ ਫਰਕ ਪਊਗਾ? ਹੁਣ ਇਹੀ ਕਹਿੰਦਾ ਜੀ, ਬੱਚੇ ਵੀ ਪੜ੍ਹਨ ਲਿਖਣ, ਨੌਲੇਜ ਕਿਤਾਬਾਂ 'ਚ ਪੜ੍ਹਨ ਲਿਖਣ, ਆਪਦੇ ਮਾਂ ਬਾਪਾਂ ਦਾ ਨਾਮ ਕਮਾਉਣ, ਵੀ ਨਸ਼ਿਆਂ ਕਨੀ ਨਾ ਜਾਣ ਬੱਚੇ, ਵੀ ਪੀੜ੍ਹੀ ਬਦਲਣ, ਮਾਂ ਬਾਪਾਂ ਦੀ ਵਧੀਆ ਜ਼ਿੰਦਗੀ ਲੰਘਾਉਣ। ਇਹ ਫੈਸਲਾ ਵਧੀਆ ਲੱਗਿਆ? ਹਾਂ, ਮੈਨੂੰ ਬਹੁਤ ਵਧੀਆ ਲੱਗਿਆ ਜੀ ਫੈਸਲਾ ਜਿਹੜਾ ਇਹ ਇਹਨਾਂ ਨੇ।
सूबे दे सिरमौर खिडारी रहे बॉक्सर बलकौर सिंह दा परिवार भी सरकार दे इस फैसले तो खुश है। परिवार दा कहना है कि नौजवानां नूं इस फैसले दे नाल सेध मिलेगी अते पंजाब दे नवे बच्चे खेडां दे वल प्रेरित होणगे। संगरूर तो दैनिक सवेरा दे लई गगनदीप सिंह दी रिपोर्ट।